ਤੋ ਵੱਡੀ ਗੱਲ ਕੀ ਹੋਈ ਮੈਨੂੰ ਲੱਗਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਜੋ ਮਾੜੇ ਹਾਲਾਤ ਪੰਜਾਬ ਦੇ ਅੰਦਰ ਸ਼ਾਇਦ ਬਾਹਰਲੇ ਲੋਕ ਵੀ ਚਿੰਤਾ ਜ਼ਾਹਿਰ ਕਰਦੇ ਐ ਕਿ ਦੇਸ਼ਾਂਵ ਦੇਸ਼ਾਂ ਦੇ ਵੀ ਔਰ ਦੂਜੀਆਂ ਸਟੇਟਸ ਦੇ ਵੀ ਕਿ ਪੰਜਾਬ ਨੂੰ ਕੀ ਹੋ ਗਿਆ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਹਨ ਉਹਨੂੰ ਲੱਗਦਾ ਕਿ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਹੋ ਰਿਹਾ ਐ ਐਸੀ ਸਾਡੀ ਪਰਸੈਪਸ਼ਨ ਬਣਾ ਦਿੱਤੀ ਕਿ ਹਾਲਾਤ ਵੀ ਬਹੁਤ ਜ਼ਿਆਦਾ ਮਾੜੇ ਹੋਏ ਕਾਥਾਥੀ ਕਤਲੇਆਮ ਫਰਾਂ ਦਿਨ ਦਿਹਾੜੇ ਗੁਲੀਆਂ ਮਾਰਤੀਆਂ ਸਿਕਿਉਰਿਟੀ ਜਿਹੜੀ ਨਾਲ ਹੁੰਦੀ ਸੀ ਉਹਨਾਂ ਨੂੰ ਵੀ ਗੋਲੀਆਂ ਲੋਕਾਂ ਨੇ ਮਾਰਤੀਆਂ ਲੋਕ ਆਮੋ ਹਾਰੇ ਹੋ ਗਏ ਆਪਣੇ ਆਪ ਗੁਨੇਗਾਰਾਂ ਨੂੰ ਸਜ਼ਾ ਦੇਣ ਲੱਗ ਪਏ ਔਰ ਇਹਦੇ ਵਿੱਚ ਦਿੱਲੀ ਦੀ ਭੂਮਿਕਾ ਵੀ ਬਹੁਤ ਸਵਾਲੀਆ ਚਿੰਨ੍ਹ ਰਹੀ ਇੱਥੇ ਲੋਕ ਮਰਡਰ ਕਰਦੇ ਸਨ ਦਿੱਲੀ ਜਾ ਕੇ ਫੜ ਲਏ ਜਾਂਦੇ ਸਨ ਇਹ ਫਿਰ ਉਹਨਾਂ ਨੂੰ ਵਾਪਸ ਇੱਥੇ ਲਿਆਉਂਦੇ ਸਨ ਫਿਰ ਉਹ ਭੱਜ ਜਾਂਦੇ ਸਨ ਫਿਰ ਦਿੱਲੀ ਫੜ ਲੈਂਦੀ ਸੀ ਕਈ ਵਾਰੀ ਆਰੀ ਤਾਂ ਇੰਜ ਲੱਗਦਾ ਸੀ ਕਿ ਦਿੱਲੀ ਨੂੰ ਇਹ ਪਤਾ ਹੁੰਦਾ ਹੈ ਕਿ ਮਰਡਰ ਕਿਦੋਂ ਹੋਣਾ ਹੈ ਔਰ ਮੈਂ ਛੋਟਾ ਜਿਹਾ ਹੁੰਦਾ ਸੀ 40 ਸਾਲ ਪਹਿਲਾਂ ਰਾਜਾ ਵੜਿੰਗ ਨੇ ਵੇਖਿਆ ਸੀ ਮੈਂ 86 87 90 92 ਦੀ ਗੱਲ ਕਰ ਰਿਹਾ ਕਿ ਜਦੋਂ ਪੈਰਾਮੈਟਰੀ ਫੋਰਸਿਸ ਜਿਹੜੀਆਂ ਸੀ ਆਰਪੀਐਫ ਤੇ ਬੀਐਸਐਫ ਦੇ ਜਵਾਨ ਉਹ ਮਿੱਟੀ ਦੇ ਗੱਟਿਆਂ ਦੇ ਵਿੱਚ ਚੈੱਕ ਪੋਸਟਾਂ ਬਣਾ ਕੇ ਆ ਸੜਕਾਂ ਤੇ ਉਹ ਹੁੰਦੀਆਂ ਸਨ ਚੈੱਕ ਪੋਸਟ ਬਣੀਆਂ ਤੇ ਉੱਥੇ ਆਪਦੀ ਗਨ ਢੀੜ ਕੇ ਬੈਠੇ ਹੁੰਦੇ ਸੀ ਸੋ ਦੁਬਾਰੇ ਉਹ 40 ਬਰਿਆਂ ਬਾਅਦ ਉਹੀ ਸੀਆਰਪੀਐਫ ਤੇ ਉਹੀ ਬੀਐਸਐਫ ਕਦੇ-ਕਦੇ ਆਦਰ ਦਿਲ ਡਰਦਾ ਹੈ ਕਿ ਸਿਕਿਉਰਿਟੀ ਕੀ ਹੈ ਪਤਾ ਨਹੀਂ ਕਿਸ ਵੇਲੇ ਕਿਸੇ ਨੂੰ ਵੀ ਕੀ ਹੋ ਜਾਏ ਕਿਸ ਤੋਂ ਫਰौती ਮੰਗ ਲਈ ਆਏ ਟਿੰਮੀ ਚਾਵਲਾ ਵਰਗੇ ਆ ਨਕੋਦਰ ਦੇ ਲੋਕ ਸੰਦੀਪ ਦੰਗ ਲੰਬੀਆਂ ਕਬੱਡੀ ਦਾ ਖਿਡਾਰੀ ਨਕੋਦਰ ਦਾ ਇਹਨਾਂ ਦੇ ਨਿੱਕੇ ਨਿੱਕੇ ਨਿਆਣੇ ਐ ਔਰ ਸਭ ਤੋਂ ਵੱਡੀ ਅਹਿਮ ਘਟਨਾ ਬਹੁਤ ਵੱਡੀ ਘਟਨਾ ਜੋ ਸਾਡਾ ਭਰਾ ਸਿੱਧੂ ਮੂਸੇਵਾਲਾ ਸਾਨੂੰ ਅਲਵਿਦਾ ਕਹਿ ਕੇ ਚਲਾ ਗਿਆ ਉਹਦਾ ਸਿੱਧਾ ਸਿੱਧਾ ਕਾਰਨ ਮਰਨ ਦਾ ਨਲਾਇਕੀ ਮੈਂ ਸਮਝਦਾ ਸੀ ਨਲਾਇਕੀ ਜਿਸ ਪ੍ਰਕਾਰ ਕਿਉਂਕਿ ਜਿਸ ਵਿਅਕਤੀ ਨੂੰ ਐਡਾ ਥ੍ਰੈਟ ਸੀ ਹੋ ਰਹੀ ਹੈ ਐਡੀ ਵੱਡੀ ਫਾਈਲ ਬਣੀ ਹੋਈ ਸੀ ਕਿ ਇਸ ਵਿਅਕਤੀ ਨੂੰ ਕਿਸੇ ਵੀ ਵੇਲੇ ਵੀ ਗੋਲੀ ਮਾਰ ਦਿੱਤੀ ਜਾ ਸਕਦੀ ਹੈ ਇਹਦਾ ਧਿਆਨ ਰੱਖਿਆ ਜਾਵੇ ਉਰੀ ਅਚੰਚਿਤ ਸਕਿਉਰਿਟੀ ਵਾਪਸ ਲੈਣੀ ਔਰ ਫਿਰ ਸਕਿਉਰਿਟੀ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਔਰ ਉਹ ਗੱਲ ਸਿੱਧ ਹੋ ਗਈ ਉਸ ਦਿਨ ਜਦੋਂ ਉਸ ਗੁਨਾਹਗਰ ਦੀ ਵੀਡੀਓ ਆਈ ਉਹਨਾਂ ਨੇ ਕਿਹਾ ਕਿ ਅਸੀਂ ਇੰਤਜ਼ਾਰ ਕਰ ਰਹੇ ਸੀ ਅਸੀਂ ਪੁਲਿਸ ਨਾਲ ਪੇੜ ਨਹੀਂ ਚਾਹੁੰਦੇ ਸੀ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਸਕਿਉਰਿਟੀ ਪਾਸ ਹੋਵੇ ਤੇਰਾ ਕੰਮ ਕਰੀਏ ਕੱਲ ਪਰਸੂ ਕੀ ਜਰੀਬਾਤ ਸਾਹਿਬ ਆਈ ਸੀ ਕਹਿੰਦੇ ਸੀ ਦੋ ਮੁੱਖ ਮੰਤਰੀ ਆਏ ਐ ਆਪਸੇ ਵੋਟ ਮੰਗਣੇ ਕੇ ਲਈ ਕੋਈ ਪਹਿਲਾ ਇੱਕ ਵੀ ਵੀਡੀਓ ਹੈ આજ ਤੋਂ 14 ਮਹੀਨੇ ਪਹਿਲੇ ਦੀ ਕਿ ਇਸਕੇ ਬਾਅਦ ਮੈਂ ਆਪਸੇ پاس ਵੋਟ ਮੰਗਣੇ ਨਹੀਂ ਆਉਂਗਾ ਮੈਨੇ ਅੱਜ ਵੀਡੀਓ ਪਾਈ ਆਪਦੇ ਟਵਿੱਟਰ ਤੇ ਫੇਸਬੁੱਕ ਤੇ ਕਿ ਲੋਗ ਹਮਾਰੇ ਕਾਮ ਕੋ ਦੇਖ ਕੇ ਵੋਟੇ ਡਾਲਣਗੇ ਤੋ ਕਾਮ ਤੋ ਦੇਖ ਕੇ ਭਾਈ ਪਾਦੀਆਂ ਹੋਣੀਆਂ ਤੋ ਤੁਹਾਨੂੰ ਆਉਣ ਦੀ ਲੋੜ ਨਹੀਂ ਸੀ ਲੋਗਾਂ ਨੇ ਵੈਸੇ ਹੀ ਜਿਤਾ ਦੇਣਾ ਸੀ ਲੋਗਾਂ ਨੂੰ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਜੇ ਕੋਈ ਚੰਗੇ ਕਾਮ ਕਰ ਰਹੇ ਹੁੰਦੇ ਪਰ ਅੱਜ ਇਹ ਜ਼ਰੂਰਤ ਪੈ ਗਈ ਕਿ ਦੋ ਮੁੱਖ ਮੰਤਰੀਆਂ ਨੂੰ ਗਿੜਗੜਾਉਣਾ ਪੈ ਰਿਹਾ ਹੈ ਸੜਕਾਂ ਤੇ ਜਾਣਾ ਪੈ ਰਿਹਾ ਲੋਕ ਵੇਖਣ ਨਹੀਂ ਆ ਰਹੇ ੱੱਕੇ ਨਾਲ ਬਾਹਰੋਂ ਲਿਆ ਦੇ ਆ ਕਿ ਲੋਕਾਂ ਨੂੰ ਰੋਡ ਸ਼ੋਅ ਕਰ ਦਿੱਤਾ ਜਾ ਰਿਹਾ ਹੈ ਟ੍ਰੈਫਿਕ ਜਾਮ ਕੀਤਾ ਜਾ ਰਿਹਾ ਹੈ ਤੁਸੀਂ ਕੀ ਸਮਝਦੇ ਕਿ ਬਾਹਰੋਂ ਬੰਦੇ ਲਿਆ ਕੇ ਬਸਨ ਤੇ ਲਿਆ ਕੇ ਲੋਕ ਤੁਹਾਨੂੰ ਵੋਟਾਂ ਪਾ ਦੇਣਗੇ ਨਹੀਂ ਲੋਕ ਸਭ ਜਾਣਦੇ ਨੇ ਕਿਉਂਕਿ ਲੋਕ ਗੱਲੀ ਗੱਲੀ ਐਲ ਨੂੰ ਪੁੱਛਦੇ ਮਹੱਲੇ ਐਲ ਨੂੰ ਪੁੱਛਦੇ ਕਿਹਨੂੰ ਵੋਟ ਪਾਉਣੇ